ਜਬ ਅਵੈਸ ਕੁਮਨ ਸਾਡੇ ਕੋਲ ਆਵੇ ਤੇ ਸਾਡਿਆਂ ਪੈਰਾਂ ਨੂੰ ਹੱਥ ਲਾ ਕੇ ਵੀਡੀਓ ਬਣਾਵੇ ਮਾਜ਼ਰਤ ਕਰੇ ਮਾਫੀ ਮੰਗੇ ਸਾਡੇ ਕੋਲੋਂ ਤੇ ਬਾਬੇ ਰਾਂ ਕੋਲ ਤੁਸੀਂ ਦੱਸੋ ਹਾਂ ਕਿਆ ਮੇਰੇ ਕੋਲੋਂ ਤੁਹਾਨੂੰ ਇਹ ਤਵਕਕੋ ਹੈ ਹੋਵੇ ਅਸਲਾਮੁਅਲੈਕਮ ਜੀ ਉਕਾੜੇ ਵਾਲਿਆਂ ਨੇ ਮੇਰੇ ਉਤੇ ਪਰਚਾ ਕਰਾਇਆ ਹੋਵੇ ਤੁਹਾਨੂੰ ਇਸ ਗੱਲ ਦਾ ਪਤਾ ਹੋਵੇ ਕਿ ਜਿਹੜਾ ਉਹ ਜੁੱਤੀਪਾ ਕਲਾ ਜੱਤੀਪਾ ਕਲਾ ਜਿਹੜਾ ਮਾਮਲਾ ਚੱਲੇ ਹੈ ਉਹਨਾਂ ਦੇ ਪੀਰ ਸਨ ਜੱਤੀਪਾਕ ਸੋ ਉਹਨਾਂ ਦੇ ਇਲਾਕੇ ਦੇ ਵਿੱਚੋਂ ਮੈਨੂੰ ਲੋਕਾਂ ਨੇ ਦੱਸਿਆ ਕਿ ਇਹ ਜੁੱਤੀ ਸ਼ਾਹ ਨੇ ਜੀ ਜੁੱਤੀ ਸਰਕਾਰ ਨੇ ਨਾ ਉਤੇ ਜ਼ਬਰ ਨਾ ਜ਼ੇਰ ਨਾ ਸ਼ਾਦ ਨਾ ਮਦ ਸੋ ਮੈਂ ਉਹਨਾਂ ਇਲਾਕੇ ਵਾਲਿਆਂ ਦੇ ਦੱਸਣ ਦੇ ਮੁਤਾਬਕ ਜਿਹੜਾ ਨਾ ਉਹਨਾਂ ਦੀ ਵੀਡੀਓ ਬਣਾਈ ਸੋ ਉਹਨਾਂ ਨੇ ਇਤਰਾਜ਼ ਕੀਤਾ ਕਿ ਇਹ ਜੁੱਤੀ ਨਹੀਂ ਜੱਤੀ ਨੇ ਤੋਂ ਮੈਂ ਵੀਡੀਓ ਡਿਲੀਟ ਕਰ ਛੜੀ ਉਸੇ ਟਾਈਮ ਡਿਲੀਟ ਕਰ ਛੜੀ ਸੋ ਉਹਨਾਂ ਨੇ ਮੇਰੇ ਉੱਤੇ ਮੁਕਦਮਾ ਦਰਜ ਕਰਾ ਛੜਿਆ ਮੇਰੇ ਉੱਤੇ ਪਰਚਾ ਕਰਾ ਛੜਿਆ ਕਿ ਸਾਡੇ ਪੀਰਾਂ ਦੀ ਇਹਨੇ ਗੁਸਤਾਖੀ ਕੀਤੀ ਹਾਲਾਂਕਿ ਐਸੀ ਗੱਲ ਨਹੀਂ ਕਿਉਂਕਿ ਉੱਥੋਂ ਦੇ ਇਲਾਕਾਈ ਬੰਦੇ ਉਹਨਾਂ ਨੂੰ ਜੁੱਤੀ ਸ਼ਾਹ ਆਂਦੇ ਨੇ ਉਹਨਾਂ ਦਾ ਜ਼ੇਨ ਹੋਣ ਇਹ ਵੇ ਇਹ ਮਤਲਬ ਅਵੈਸ ਘੁਮਣ ਸਾਡੇ ਕੋਲ ਆਵੇ ਤੇ ਸਾਡਿਆਂ ਪੈਰਾਂ ਨੂੰ ਹੱਥ ਲਾ ਕੇ ਵੀਡੀਓ ਬਣਾਵੇ ਮਾਜ਼ਰਤ ਕਰੇ ਮਾਫੀ ਮੰਗੇ ਸਾਡੇ ਕੋਲੋਂ ਤੇ ਬਾਬੇ ਰਾਂ ਕੋਲ ਤੁਸੀਂ ਦੱਸੋ ਹਾਂ ਕਿਆ ਮੇਰੇ ਕੋਲੋਂ ਤੁਹਾਨੂੰ ਇਹ ਤਵਕਕ ਹੈ ਵੇ ਕਿ ਮੈਂ ਉਹਨਾਂ ਦੇ ਪੈਰਾਂ ਨੂੰ ਹੱਥ ਲਾਵਾਂ ਤੇ ਇੰਜ ਕਰਕੇ ਮੈਂ ਮਾਫੀ ਮੰਗਾ ਇਹ ਜਿਹੜਾ ਤੁਹਾਡਾ ਸਰਦਾਰੀ ਜ਼ੇਨ ਹੈ ਨਵਾਬੀ ਜ਼ੇਨ ਹੈ ਕਿ ਅਸੀਂ ਮਤਲਬ ਇੰਜ ਕਰਾਂਗੇ ਇਹ ਤੁਹਾਡੀ ਖੁਸ਼ ਫਹਮੀ ਬਲਕਿ ਤੁਹਾਡੀ ਗਲਤਫਹਿਮੀ ਤੁਹਾਡੇ ਕੋਲ ਹੀ ਰਹਿ ਜਾਣੀ ਹੈ ਕਿਉਂਕਿ ਮੇਰੀ ਤਰਬੀਅਤ ਵਿੱਚ ਇਹ ਚੀਜ਼ ਸ਼ਾਮਲ ਨਹੀਂ ਹੈ ਕਿ ਮੈਂ ਤੁਹਾਡਿਆਂ ਪੈਰਾਂ ਨੂੰ ਹੱਥ ਲਾਵਾਂ ਔਰ ਇੰਜ ਕਰਕੇ ਮੈਂ ਤੁਹਾਡੇ ਕੋਲੋਂ ਮਾਫੀ ਮੰਗਾ ਅਗਲੀ ਗੱਲ ਬੜੇ ਗੌਰ ਦੇ ਨਾਲ ਸੁਣਿਓ ਜੇ ਮੈਂ ਮਾਫੀ ਮੰਗ ਕੇ ਆਪਣੇ ਬਗੈਰ ਗਲਤੀ ਤੂੰ ਬਗੈਰ ਕਿਸੇ ਗੁਨਾਹ ਤੂੰ ਮੈਂ ਤੁਹਾਡੇ ਕੋਲੋਂ ਮਾਫੀ ਮੰਗ ਕੇ ਤੇ ਮਾਮਲੇ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਲੇਕਿਨ ਤੁਸੀਂ ਬਾਰ-ਬਾਰ ਮੈਨੂੰ ਧਮਕੀਆਂ ਦੇ ਰਹੇ ਹੋ ਮੈਸੇਜਾਂ ਦੇ ਉੱਤੇ ਕਮੈਂਟਾਂ ਦੇ ਵਿੱਚ ਆ ਕੇ ਇਹ ਤੁਹਾਡੇ ਜ਼ਿਹਨ ਦੇ ਵਿੱਚ ਸ਼ਾਰ ਮੈਂ ਅਮਨ ਦਾ ਪੈਗਾਮ ਦੇਣਾ ਪਿਆ ਸ਼ੁਰੂ ਤੋਂ ਅਮਨ ਦਾ ਪੈਗਾਮ ਦੇਂਦਾ ਆ ਰਿਆਂ ਐਨੇ ਜ਼ਿਲ੍ਹੇ ਫਿਰਿਆਂ ਹੁਣ ਵੀ ਥਾਂ ਥਾਂ ਪਿੰਡ ਪਿੰਡ ਸ਼ਹਿਰ ਸ਼ਹਿਰ ਅਮਨ ਦਾ ਪੈਗਾਮ ਦੇਣਾ ਪਿਆ ਤੁਸੀਂ ਬਾਰ ਬਾਰ ਸ਼ਰ ਅੰਗੇਜ਼ੀਆਲ ਜਾ ਰਹੇ ਸ਼ਰ ਪਸੰਦੀ ਵਾਲੇ ਇਹ ਸ਼ਾਰ ਹੈ ਨਾ ਕਿ ਅਗਲਾ ਬੰਦਾ ਮਾਫੀ ਮੰਗਦਾ ਪਿਆ ਤੁਸੀਂ ਉਹਨੂੰ ਅੱਗੇ ਚੱਲਣ ਦਾ ਕਹਿ ਰਹੇ ਹੋਰ ਬਾਰ ਬਾਰ ਜਿਹੜਾ ਧਮਕੀਆਂ ਦੇ ਰਹੇ ਹੋ ਇਹ ਸ਼ਰ ਪਸੰਦੀ ਹੁੰਦੀ ਹੈ ਨਾ ਸੋ ਜਿਹੜਾ ਜਿੰਨਾ ਵੀ ਤੁਹਾਡਾ ਸ਼ਰ ਪਸੰਦ ਟੋਲਾ ਹੈ ਇਨਸ਼ਾਅੱਲਾ ਤੁਹਾਡੀਆਂ ਖਵਾਖਸ਼ਾਂ ਤੁਹਾਡੇ ਕੋਲ ਤੁਹਾਡੇ ਜ਼ਿਹਨ ਦੇ ਵਿੱਚ ਹੀ ਰਹਿਣਗੀਆਂ ਕਿਉਂਕਿ ਆਲਰੇਡੀ ਤੁਹਾਡੇ ਉਹ ਕਾੜਾ ਦੇ ਜਿੰਨੇ ਕਾਨੂੰਨਦਾਨ ਨੇ ਉਹ ਅਲਹਮਦੁਲਿਲਾ ਮੇਰੇ ਰਾਬਤੇ ਵਿੱਚ ਨੇ ਮੈਂ ਉਹਨਾਂ ਨਾਲ ਸਾਰੀ ਮਸ਼ਾਵਰਤ ਕਰ ਚੁੱਕਿਆ ਸਾਰੇ ਸੋਰਸਸ ਸਾਰੇ ਰੈਫਰੈਂਸ ਸਾਰੇ ਇਖਤਿਆਰਾਤ ਸਾਰੇ ਕਾਨੂੰਨੀ ਰਾਸਤੇ ਨੂੰ ਮੱਦੇ ਨਜ਼ਰ ਰੱਖਦੇ ਆ ਹੋਇਆ ਮੈਂ ਫਿਰ ਇੱਕ ਵਾਰੀ ਇਹ ਅਪੀਲ ਕਰਨਾ ਹੁਕਮ ਬਾਲਾ ਅੱਗੇ ਵੀ ਔਰ ਜਿਹੜੇ ਸਾਹਬਾਨ ਨੇ ਉਹਨਾਂ ਅੱਗੇ ਮੈਂ ਇਹ ਰਿਕੁਐਸਟ ਕਰਾਂਗਾ ਕਿ ਇਸ ਮਾਮਲੇ ਨੂੰ ਮੁਕਦਮੇ ਨੂੰ ਖਾਰਜ ਕੀਤਾ ਜਾਏ ਕਿਉਂਕਿ ਇਹਦੇ ਵਿੱਚੋਂ ਨਿਕਲਣਾ ਕੁਝ ਨਹੀਂ ਤੁਸੀਂ ਵੀ ਵੇਖੋ ਜਿਨੇ ਮਦਈ ਵੀ ਸੁਣਦੇ ਹੋ ਪੇ ਜਿਨੇ ਵੇਖਣ ਵਾਲੇ ਵੀ ਸੁਣਦੇ ਨੇ ਪੇ ਜਿੰਨਾ ਮਰਜ਼ੀ ਵੀ ਇਹ ਮਾਮਲਾ ਲੰਮਾ ਜਾਏਗਾ ਬਿਲਾਖਰ ਤੇ ਸੁਲਾਹ ਹੋਣੀ ਹੈ ਨਾ ਜੋ ਸ਼ੁਰੂ ਦੇ ਵਿੱਚ ਹੀ ਮੈਂ ਤੁਹਾਡੇ ਕੋਲੋਂ ਇਸ ਚੀਜ਼ ਦੀ ਰਿਕਵੈਸਟ ਕਰ ਚੁੱਕਿਆ ਕਿ ਇਹਨੂੰ ਅੱਗੇ ਨਾ ਵਧਾਓ ਦੂਜੇ ਨੰਬਰ ਤੇ ਤੁਸੀਂਾਂ ਤੇ ਬਾਰ ਬਾਰ ਕੇ ਸਾਡੇ ਪੈਰਾਂ ਨੂੰ ਹੱਥ ਲਾਏ ਸਾਡੇ ਕੋਲ ਆਏ ਸਾਡੇ ਬਾਬਿਆਂ ਕੋਲ ਆ ਕੇ ਮਾਫੀ ਮੰਗੇ ਬਾਬਿਆਂ ਨਾਲ ਕੋ ਮਾਫੀ ਕੀ ਮੰਗਣੀ ਹੈ ਨਾ ਜਿਹੜਾ ਲਹਾਇਆ ਹੋਵੇ ਤੁਸਾਂ ਮਜਾਵਰਾ ਗੱਦੀ ਨਸੀਨਾ ਲਹਾਇਆ ਹੋਵੇ ਜਾਂ ਕਿ ਬਾਬਿਆਂ ਨੇ ਆਪਣਾ ਨਾਂ ਲਹਾਇਆ ਗਏ ਯਾਰ ਜੁੱਤੀ ਇਹ ਜੱਤੀ ਇਹ ਜਾਂ ਜੋ ਵੀ ਮੈਨੂੰ ਤੇ ਜੋ ਗਾਈਡ ਕੀਤਾ ਗਿਆ ਜੋ ਇਨਫਾਰਮੇਸ਼ਨ ਮਿਲੀ ਉਹ ਕੜਿਆਲੇ ਨੇ ਇਨਫਾਰਮੇਸ਼ਨ ਦਿੱਤੀ ਨਾ ਉਥੋਂ ਦੇ ਰਹਿਣ ਵਾਲਿਆਂ ਨੇ ਮੈਨੂੰ ਆਖਿਆ ਨਾ ਕਿ ਇਹ ਜੁੱਤੀ ਸ਼ਾਹ ਨੇ ਮੈਨੂੰ ਤੇ ਨਹੀਂ ਸੀ ਪਤਾ ਇਸ ਚੀਜ਼ ਦਾ ਸੋ ਮੈਂ ਫਿਰ ਇੱਕ ਵਾਰ ਇਹ ਰਿਕੁਐਸਟ ਕਰਾਂਗਾ ਕਿ ਅਮਨ ਵਾਲੇ ਪਾਸੇ ਆਓ ਸ਼ਰ ਪਸੰਦੀ ਵਾਲੇ ਪਾਸੇ ਨਾ ਜਾਓ ਇਹਦੇ ਬੜੇ ਸਾਰੇ ਨੁਕਸਾਨ ਹੁੰਦੇ ਨੇ ਜਿਨ੍ਹਾਂ ਲੋਕਾਂ ਨੂੰ ਇਸ ਵਾਕਿਆ ਦਾ ਜਿਹੜੇ ਵੇਖਣ ਵਾਲਿਆਂ ਨੂੰ ਇਸ ਮਾਮਲੇ ਦਾ ਨਹੀਂ ਪਤਾ ਉਹਨਾਂ ਨੂੰ ਮੈਂ ਫੇਰ ਇੱਕ ਵਾਰ ਦੱਸਣਾ ਕਿ ਮੈਂ ਉਸ ਇਲਾਕੇ ਦੇ ਵਿੱਚ ਗਿਆ ਉੱਥੇ ਲਿਆ ਸੀ ਜੁੱਤੀਪਾਕ ਸੋ ਮੈਨੂੰ ਨਹੀਂ ਸੀ ਪਤਾ ਇਸ ਚੀਜ਼ ਦਾ ਕਿਉਂਕਿ ਨਾ ਉੱਤੇ ਜ਼ਬਰ ਨਾ ਥੱਲੇ ਜ਼ੇਰ ਨਾ ਉੱਤੇ ਪੇਸ਼ ਨਾ ਸ਼ਦਮਦ ਵਗੈਰਾ ਵਗੈਰਾ ਉੱਥੇ ਮੈਂ ਬੰਦਿਆਂ ਨੂੰ ਪੁੱਛਿਆ ਵੀ ਇਹ ਕੀ ਚੀਜ਼ ਹੈ ਉਹਨੇ ਆਖਿਆ ਜੁੱਤੀ ਸ਼ਾਹ ਦਾ ਦਰਬਾਰ ਸੋ ਮੈਂ ਉਹਨਾਂ ਦੇ ਦੱਸਣ ਦੇ ਉੱਤੇ ਉਹ ਵੀਡੀਓ ਬਣਾਈ ਜਦੋਂ ਮੈਨੂੰ ਪਤਾ ਲੱਗਾ ਕਿ ਨਹੀਂ ਇਹ ਜੁੱਤੀ ਨਹੀਂ ਮਿਸ ਗਾਈਡ ਕੀਤਾ ਗਿਆ ਇਹ ਜੱਤੀ ਸੋ ਮੈਂ ਚਲੋ ਜ਼ੇਰ ਜ਼ਬਰ ਸ਼ਦਮਤ ਤੇ ਕੋਈ ਨਹੀਂ ਕੋਈ ਪੇਚ ਵਗੈਰਾ ਖੈਰ ਮੈਂ ਉਹ ਵੀਡੀਓ ਰਿਮੂਵ ਕਰ ਦਿੱਤੀ ਜਦੋਂ ਮੈਂ ਵੀਡੀਓ ਰਿਮੂਵ ਕਰ ਦਿੱਤੀ ਇੱਕ ਜੱਥਾ ਟੋਲਾ ਇਹਨਾਂ ਸਾਰਿਆਂ ਦਾ ਜਿਹੜੇ ਘਰ ਮੇਰਾ ਸਟੇ ਸੀ ਉਸ ਘਰ ਦੇ ਬਾਹਰ ਆਇਆ ਔਰ ਮੇਰੇ ਮੇਜ਼ਬਾਨਾਂ ਨੂੰ ਆਖਿਆ ਕਿ ਇਹਨੂੰ ਬਾਹਰ ਕੱਢੋ ਜਦੋਂ ਮੈਨੂੰ ਪਤਾ ਲੱਗਾ ਕਿ ਇਹਨਾਂ ਦਾ ਜ਼ੇਨ ਗੰਦਾਏ ਇਹ ਮਤਲਬ ਮੈਨੂੰ ਜ਼ਲੀਲ ਕਰਨਾ ਚਾਹੁੰਦੇ ਨੇ ਜਾਂ ਵਗੈਰਾ ਵਗੈਰਾ ਜ਼ੇਨ ਰੱਖਦੇ ਨੇ ਸ਼ਰ ਪਸੰਦੀ ਵਾਲਾ ਸੋ ਮੈਂ ਉਹਨਾਂ ਨੂੰ ਆਖਿਆ ਕਿ ਯਾਰ ਵੀਡੀਓ ਆ ਰੈਡੀ ਰਿਮੂਵ ਹੋ ਗਈ ਹੈ ਜਦੋਂ ਮੈਨੂੰ ਕਨਫਰਮ ਹੋਇਆ ਐ ਇੰਨੇ ਲੋਕਾਂ ਆਖਿਆ ਕਿ ਦੱਸਣ ਵਾਲਿਆਂ ਨੇ ਮਿਸਗਾਈਡ ਕੀਤਾ ਹੈ ਗਲਤ ਇਨਫਾਰਮੇਸ਼ਨ ਦਿੱਤੀ ਇਹ ਤਾਂ ਵੀਡੀਓ ਤੇ ਰਿਮੂਵ ਹੋ ਗਈ ਸੋ ਉਹਨਾਂ ਨੂੰ ਵੀ ਚਾਹੀਦਾ ਸੀ ਕਿ ਉਹ ਸਮਝ ਦੇ ਕਿ ਮਤਲਬ ਕਿ ਠੀਕ ਐ ਉਹਨੇ ਵੀਡੀਓ ਰਿਮੂਵ ਕਰ ਦਿੱਤੀ ਮਾਮਲਾ ਤੇ ਖਤਮ ਹੋ ਗਿਆ ਉਹਦੇ باوجود ਉਹ ਮੇਰੇ ਉੱਤੇ ਦਬਾਅ ਪਾ ਰਹੇ ਸੋ ਪਹਿਲੀ ਤਰੀਖ ਨੂੰ ਪਰਸੋਂ ਇਹਨਾਂ ਨੇ ਮੇਰੇ ਉੱਤੇ ਪਰਚਾ ਕਰਾ ਦਿੱਤਾ ਜਿਹੜਾ ਕਿ ਬੇਬੁਨਿਆਦ ਝੂਠਾ ਪਰਚਾ ਐ ਉਦੇ ਵਿੱਚ ਪਰਚੇ ਦੇ ਜੋ ਇਹਨਾਂ ਲਿਖਿਆ ਹੋਵੇ ਉਹ ਸਭ ਗਲਤ ਲਿਖਿਆ ਹੈ ਮੈਂ ਬਤੌਰ ਸਬੂਤ ਕਹਿ ਸਕਣਾ ਸੋ ਮੈਂ بار بار ਇਹ ਆਖਰ ਦੇ ਉੱਤੇ ਵੀ ਗੱਲ ਕਰਾਂਗਾ ਕਿ ਜਿਹੜੀ ਮੇਰੀ ਮਾਫੀ ਹੋ ਚੁੱਕੀ ਹੈ ਪਹਿਲੀ ਔਰ ਆਖਰੀ ਮਾਫੀ ਸੀ ਔਰ ਅਗਲੀ ਗੱਲ ਜਿਹੜੀ ਤੁਹਾਡੀ ਤਵਕਕ ਤੁਹਾਡੀ ਖੁਸ਼ ਫਹਮੀ ਬਗ ਕੇ ਗਲਤ ਫਹਮੀ ਹੈ ਕਿ ਸਾਡਿਆਂ ਪਿਆਰਾਂ ਨੂੰ ਹੱਥ ਲਾਏ ਤੇ ਸਾਡੇ ਕੋਲੋਂ ਮਤਲਬ ਉਹ ਵੀਡੀਓ ਬਣਾਏ ਆਪਣੀ ਮਾਫੀ ਮੰਗੇ ਇਸ ਤਰ੍ਹਾਂ ਦੁਬਾਰਾ ਨਹੀਂ ਹੋ ਸਕਦਾ ਆਖਰ ਦੇ ਉੱਤੇ ਮੇਰਾ ਫੇਰੇ ਪੇਗਾਮ ਹੈ ਕਿ ਇਸ ਮਾਮਲੇ ਨੂੰ ਅੱਗੇ ਵਧਾਣ ਦੀ ਬਜਾਏ ਇਸ ਮਾਮਲੇ ਨੂੰ ਖਤਮ ਕੀਤਾ ਜਾਏ ਨਾ ਕੇ ਸ਼ਰ ਪਸੰਦੀ ਵਾਲੇ ਪਾਸੇ ਤੁਸੀਂ ਲੈ ਕੇ ਜਾਓ ਮੇਰੇ ਵਾਲੇ ਪਾਸੋਂ ਹਮੇਸ਼ਾ ਅਮਨ ਦਾ ਪੇਗਾਮ ਮਿਲੇਆ ਔਰ ਹਮੇਸ਼ਾ ਅਮਨ ਦਾ ਪੇਗਾਮ ਹੀ ਮਿਲੇਗਾ ਕਿਉਂਕਿ ਮੈਂ ਸੁਲਾ ਨੂੰ ਭਾਈਚਾਰੇ ਨੂੰ ਅਮਨ ਨੂੰ ਬੜੀ ਤਰਜੀਹ ਦਿਆਂ ਮਾਮਲਾ ਮਜ਼ੀਦ ਗੰਭੀਰ ਬੰਦਾ ਜਾ ਰਿਹਾ ਮੁਸ਼ਕਿਲਾਂ ਤੇ ਵਿੱਚ ਵਧਦੀਆਂ ਨੇ ਔਰ ਅਗੂ ਜਿਹੜੇ ਨੇ ਚਾਂਸ ਅੱਛੇ ਨਜ਼ਰ ਨਹੀਂ ਆਉਂਦੇ ਤੇ ਤੁਹਾਡੀਆਂ ਦੁਆਵਾਂ ਦੀ ਬੜੀ ਸਾਰੀ ਜ਼ਰੂਰ ਤੁਹਾਡੇ ਸਾਥ ਦੀ ਬੜੀ ਸਾਰੀ ਜ਼ਰੂਰ ਤੇ ਕਿਉਂ ਕਿ ਹੱਕ ਦੇ ਨਾਲ ਖਲੋਣਾ ਹੱਕ ਤੇ ਪਹਿਰਾ ਦੇਣਾ ਔਰ ਸੱਚੇ ਬੰਦੇ ਦਾ ਸਾਥ ਦੇਣਾ ਇਹ ਹੁੰਦਾ ਤੇ ਥੋੜਾ ਮੁਸ਼ਕਲ ਹੈ ਲੇਕਿਨ ਮਰਦਾਨਗੀ ਇਸੇ ਚੀਜ਼ ਦਾ